ਓਏ ਬਕਵਾਸ ਨਾ, ਭੂਆ ਦੇ ਘਰੇ ਚੱਲੇ ਆ ਜੀ ਅੱਜ ਦਾ ਵਲੋਗ, ਤੇ ਮਠਿਆਈ ਲਈ ਆ। ਕਹਿੰਦੇ ਪਏ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਰਿਸ਼ਤੇਦਾਰਾਂ ਦੇ, ਹੈਨਾ ਮੰਮੀ? ਹਾਂਜੀ, ਨਹੀਂ ਜਾਈਦਾ ਨਾ ਖਾਲੀ ਹੱਥ। ਹਾਂ, ਆ ਪਹਿਲਾ ਵਲੋਗ ਮੇਰੀ ਮੰਮੀ ਦੇ ਨਾਲ, ਦੇਖੋ ਮੇਰੀ ਮੰਮੀ ਕਿੰਨੀ ਸੋਹਣੀ। ਸਾਰੇ ਜਣੇ ਬਾਹਰ ਚੱਲੇ ਆ, ਬਾਹਰ ਜਾਣ ਤੋਂ ਮੰਮੀ ਬਾਹਰ ਚੱਲੇ ਆ, ਤੇ ਬਾਹਰ ਜਾਣ ਤੋਂ ਪਹਿਲਾਂ ਮੰਮੀ ਦੇ ਨਾਲ ਪਹਿਲਾ ਵਲੋਗ, ਤੇ ਜਦੋਂ ਆਉਂਗੇ ਫਿਰ ਬਣਾਵਾਂਗੇ। ਪਿੰਡ ਦਾ ਬੇਸਣ ਹੁਣ ਬੋਲਦਾ, ਬਹੁਤ ਸਵਾਦ ਨਾ ਯਾਰ ਬੇਸਣ, ਮਜ਼ਾ ਆ ਗਿਆ। ਇਨਸ਼ਾ ਅੱਲਾ ਸਾਹਿਬ ਨੂੰ ਦਵੇ ਜਿਹੜਾ ਬੇਸਣ ਰੱਬ। ਜੋ ਵੀ ਦੋਸਤੋ, ਆਪਾਂ ਹੁਣ ਪਹੁੰਚ ਚੁੱਕੇ ਆ ਭੂਆ ਦੇ ਘਰੇ, ਆਪਾਂ ਉੱਥੇ ਜਾ ਕੇ ਦੇਖਦੇ ਆ ਭੂਆ ਹੈਗੀ ਘਰੇ ਕਿ ਨਹੀਂ। ਤਾਲਾ ਲੱਗਾ ਹੋਇਆ ਵੈਸੇ ਤਾਂ, ਦੇਖਦੇ ਆ। ਓਏ 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 ਨਾ ਕਰ, ਉਹ ਬੇਵਕੂਫਾ ਤੂੰ ਸਾਲਿਆ, ਪਸ਼ੂ ਸਾਲਿਆ, ਦੁੱਧ ਦੇਣਾ ਬੰਦ ਕਰ ਦਿੰਦੇ ਆ। ਇਹ ਦੁੱਧ ਦੇਣਾ ਬੰਦ ਕਰ, ਉਹ ਮੈਨੂੰ ਪਿਆਰ ਕਰਨ ਲੱਗੀ, ਐਵੇਂ ਪਿਆਰ ਕਰਨ ਲੱਗੀ ਸੀਗੀ, ਲਵ ਯੂ ਕਹਿਣ ਲੱਗੀ ਸੀ ਮੈਨੂੰ। ਸਤਿ ਸ਼੍ਰੀ ਅਕਾਲ ਜੀ। ਇਹ ਥੋੜਾ ਮੈਂਟਲੀ ਅਪਸੈਟ ਆ, ਮੈਂ ਮੈਂਟਲੀ ਸਾਈਕੋ। ਵਲੌਗ ਭੂਆ ਦੇ ਪਿੰਡੋ, ਵਲੌਗ ਬਣ ਲੱਗਾ ਜੀ ਬੜਾ ਤਗੜਾ ਦੁਨੀਆ ਦਾ, ਤੇ ਸਾਰਿਆਂ ਨੇ ਸਬਸਕ੍ਰਾਈਬ। ਯੋ, ਅੱਜ ਵਲੌਗ ਬਣਾਉਣ ਆਇਆ ਭੂਆ ਦੇ ਪਿੰਡ, ਤੇ ਆਪਾਂ ਦੇਖਦੇ ਹਾਂ ਅੱਜ ਤੁਹਾਨੂੰ ਪਿੰਡ ਦੀ ਦਰਸ਼ਨ ਕਰਾਵਾਂਗੇ, ਤੇ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਨਾਲ ਮੇਰੇ ਤਰਨਜੋਤ ਸਿੰਘ, ਸਤਿ ਸ਼੍ਰੀ ਅਕਾਲ ਜੀ, ਫਰੋਮ ਕੈਨੇਡਾ, ਪੱਕੇ ਕੈਨੇਡਾ ਵਾਲੇ। ਕਿਹੜੀ ਜਗ੍ਹਾ ਤੋਂ ਕਰਨ ਬਾਈ? ਮੈਂ ਹੈਗਾ ਯੂਕੋਨ ਤੋਂ। ਯੂਕੋਨ ਤੋਂ, ਉੱਥੇ ਘਰ ਵਾਲੀ ਆ, ਵਾਈਫ ਆ, ਬੱਚੇ ਆ। ਆਪਾਂ ਜਿੱਥੇ ਪਿੰਡ ਆਏ ਹਾਂ, ਵਲੌਗ ਤੁਹਾਡੇ ਸਾਹਮਣੇ ਆ। ਤਰਨਜੋਤ ਸਿੰਘ ਬਿਹਾਈਂਡ ਦਾ ਕੈਮਰਾ, ਅਤੇ ਇਨ ਫਰੇਮ ਅਵਨੀਤ ਸਿੰਘ, ਤੁਹਾਡੇ ਲਈ ਵਲੌਗ ਛੋਟਾ ਜਿਹਾ ਲੈ ਕੇ ਆਵਾਂਗੇ। ਸਾਰੇ ਜਣੇ ਪਿਆਰ ਦਿਓ, ਅਤੇ ਲਾਈਕ ਕਮੈਂਟ ਕਰਿਓ ਜ਼ਰੂਰ, ਅਤੇ ਬੈੱਲ ਆਈਕਨ ਜ਼ਰੂਰ ਪ੍ਰੈੱਸ ਕਰਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹਿਣ। ਗਾਲਣਾ ਕੱਢੋ, ਗਾਂ ਦੇ ਕਿੱਦਾਂ ਖੁੱਲੀ ਛੱਡੀ ਪਈ ਆ ਪਿੰਡ ਦੇ ਵਿੱਚ। ਓਏ ਇਦਾਂ ਨਾ ਕਰ, ਮਾਰੂਗੀ, ਪਸ਼ੂ ਪੈਂਦੇ ਹੁੰਦੇ ਆ, ਨੱਥ ਵੀ ਨਹੀਂ ਪਈ ਉਹਦੇ। ਜਦੋਂ ਇਸ਼ਕ ਹੋਵੇ ਨਾ ਫੇਰ ਨਹੀਂ ਪੀਂਦੇ, ਕਿੱਡੀ ਦੂਰ। ਫਾਲਤੂ ਬਹੁਤ ਬੋਲ ਰਿਹਾ ਇਹ, ਪਰ ਕੁਝ ਨਹੀਂ, ਜਿੱਦਾਂ ਦਾ ਵੀ ਬਣ ਗਿਆ ਬਣ ਗਿਆ। ਓਏ ਇੱਦਾਂ ਨਾ ਕਰ। ਦੇਖੋ ਜੀ, ਇਹ ਪੰਜਾਬੀ ਕਾ ਕੈਨੇਡਾ, ਅਮਰੀਕਾ, ਇਟਲੀ, ਜਿਹੜੇ ਸਾਰੇ ਮੇਰੇ ਬੰਦੇ ਬੈਠੇ ਨੇ, ਇਹਨੂੰ ਆਪਾਂ ਤੁਹਾਨੂੰ ਦੱਸਦੇ ਆ। ਓਏ ਇਦਾਂ ਨਾ ਕਰੀ, ਨਾਲ ਮਾਰਨਾ ਉਹਨੇ ਤੈਨੂੰ, ਪੈ ਜਾਂਦੀ ਆ। ਦੇਖੋ
ਨਾ ਕਰ ਨਾ ਕਰ ਪਸ਼ੂ ਨਾ ਮਜ਼ਾਕ ਨਾ ਕਰ ਤੇਰਾ ਨਾਮ ਨੀ ਮੈਨੂੰ ਮੇਰੇ ਤੋਂ ਨਾਂ ਨਾ ਪੁੱਛੋ ਅੱਛਾ ਤੇਰਾ ਨਾਂ ਨੀ ਹੈਗਾ ਕੋਈ ਇਹਨਾਂ ਗੁੱਸਾ ਕਾਹਦਾ ਸੋਹਣੀਆਂ ਡਾਰਲਿੰਗ ਆ ਤੈਨੂੰ ਟੋਫੀ ਦਵਾ ਨਹੀਂ ਚਾਹੀਦੀ ਟੋਫੀ ਨੀ ਚਾਹੀਦੀ ਸਤਿ ਸ੍ਰੀ ਅਕਾਲ ਕੋਲ ਕਰ ਬਸ ਇੱਦਾਂ ਮੈਨੂੰ ਪਛਾਣ ਲਿਆ ਮੇਰੀ ਕੈਮਰਾ ਫੜ ਫੋਕਸ ਮਾਰ ਦੇ ਨਮਸਕਾਰ ਸਤਿ ਸ੍ਰੀ ਅਕਾਲ ਅਦਾਬ ਇਨਸ਼ਾਅੱਲਾ ਤੇ ਦੇਖੋ ਜੀ ਕਿੰਨੇ ਸੋਹਣੇ ਖੇਤ ਨੇ ਕਿੰਨਾ ਪਿਆਰਾ ਵਿਊ ਹੈ ਕਿੰਨੇ ਪਿਆਰੇ ਲੋਕ ਨੇ ਇੱਥੇ ਦੇ ਤੇ ਕਿੰਨਾ ਪਿਆਰਾ ਆਪਣੀ ਜ਼ਿੰਦਗੀ ਦਾ ਜਿਹੜਾ ਕਹਿ ਲਓ ਆਪਣੇ ਕਹਿੰਦੇ ਆ ਆਪਣੀ ਕਿਸਮਤ ਹੈ ਸਾਨੂੰ ਇਹ ਸਾਨੂੰ ਦੇਖਣ ਨੂੰ ਮੌਕਾ ਮਿਲਿਆ ਹੈ ਅਤੇ ਮੇਰੇ ਨਾਲ ਵੱਡੇ ਵੀਰੇ ਅਮਰੀਤ ਸਿੰਘ ਜੀ ਖਾਲਸਾ ਸਾਡੇ ਨਾਲ ਜੁੜੇ ਹੋਏ ਨੇ ਅਤੇ ਆਪਾਂ ਲਾਈਵ ਰਿਪੋਰਟ ਦੇ ਰਹੇ ਹਾਂ ਤੁਹਾਨੂੰ ਪਿੰਡ ਦੀ ਬਾਈ ਜੀ ਜਿਹੜਾ ਪਿੰਡ ਦਿਖਾ ਦਿਓ ਇਹਨਾਂ ਨੂੰ ਦੇਖੋ ਜੀ ਕਿੰਨਾ ਸੋਹਣਾ ਕਿੰਨਾ ਪਿਆਰਾ ਕਿਸੇ ਨੇ ਸਾਗ ਖਾਣਾ ਇੱਥੋਂ ਆ ਕੇ ਤੋੜ ਲਏ ਫ੍ਰੀ ਦਾ ਸਾਗ ਹੈ ਜੀ ਕਿਸੇ ਨੇ ਪੱਠੇ ਖਾਣੇ ਪੱਠੇ ਖਾ ਲਵੇ ਹੈ ਨਾ ਫ੍ਰੀ ਦਾ ਸਾਗ ਹੈ ਜੀ ਜੇ ਫੜੇ ਕਿਤੇ ਜੁੱਤੀਆਂ ਇਹ 'ਚ ਸਾਡਾ ਕੋਈ ਕਸੂਰ ਨਹੀਂ ਹੈਗਾ ਬਿਲਕੁਲ ਹਾਂਜੀ ਦੇਖੋ ਜੀ ਕਿੰਨਾ ਵਧੀਆ ਮੌਸਮ ਹੈ ਕਿੰਨੀ ਬਹਰਾਤ ਰੱਬ ਨੇ ਕੀਤੀ ਹੈ ਕਿ ਐਡੇ ਸੋਹਣੇ ਮੌਸਮ ਵਿੱਚ ਸਾਡੇ ਸਰਦਾਰ ਜੀ ਫੋਟੋ ਖਿੱਚ ਰਹੇ ਨੇ ਦੇਖੋ ਕਿੰਨਾ ਕਿੰਨਾ ਪਿਆਰਾ ਸਾਡਾ ਪੰਜਾਬ ਹੈ ਜੀ ਦੇਖੋ ਕੌਣ ਕਹਿ ਸਕਦਾ ਸਾਡੇ ਪੰਜਾਬ ਨੂੰ ਮਾੜਾ ਜੀ ਦੇਖੋ ਕਿੰਨੀ ਹਰਿਆਲੀ ਹੈ ਸਾਡੇ ਵੱਡੇ ਬਾਈ ਅਵਨੀਤ ਸਿੰਘ ਜੀ ਇੱਧਰ ਦੇਖਿਓ ਸਾਡੇ ਅਵਨੀਤ ਸਿੰਘ ਜੀ ਦੇਖੋ ਜੀ ਕਿੰਨੇ ਪਿਆਰੇ ਲੱਗ ਰਹੇ ਨੇ ਕਿੰਨੇ ਪਿਆਰੇ ਨੇ ਸਾਡੇ ਬਾਈ ਸਾਹਿਬ ਇਨਸ਼ਾਅੱਲਾ ਦੇਖੋ ਕਿੰਨੀ ਸੋਹਣੀ ਕਮਾਤ ਹੈ ਅਤੇ ਆਪਾਂ ਜੇ ਇੱਧਰ ਦਿਖਾਈਏ ਇੱਧਰ ਸ਼ਮਸ਼ਾਨ ਘਾਟ ਹੈ ਜੀ ਇੱਧਰ ਜਿਹੜੇ ਮਾੜੇ ਲੋਕ ਨੇ ਉਹਨਾਂ ਨੂੰ ਜਾਲਦੇ ਨੇ ਚਲੋ ਇਹਦੀ ਆਪਾਂ ਗੱਲ ਆਪਾਂ ਕਰਨੀ ਨਹੀਂ ਇੱਥੇ ਜੀ ਕਹਿ ਲਓ ਤੁਸੀਂ ਇਹ ਸ਼ਪੇਦੇ ਇਹ ਇੰਗਲਿਸ਼ ਦੇ ਵਿੱਚ ਜੇ ਸ਼ਪੇਦੇ ਤੁਹਾਨੂੰ ਨਹੀਂ ਪਤਾ ਅਤੇ ਗੋਰੀਆਂ ਨੂੰ ਮੈਂ ਦੱਸਾਂ ਦੀਜ਼ ਆਰ ਦਰਖਤ ਟਰੀਸ ਇਹ ਵੱਡੇ ਹੁੰਦੇ ਨੇ ਦੇ ਕੱਠ ਦੇ ਗਿਮ ਮਨੀ ਮੈਨੀ ਮਨੀ ਹੈ ਨਾ ਦੇਖੋ ਜੀ ਆਹ ਸਰਦਾਰ ਸਾਹਿਬ ਜੀ ਆਪਣੇ ਐਕਟਿਵਾ 'ਤੇ ਗਏ ਆ ਜੀ ਬੜੇ ਪਿਆਰ ਨਾਲ ਸਤਿ ਸ਼੍ਰੀ ਅਕਾਲ ਕਹਿ ਕੇ ਗਏ ਆ ਅਤੇ ਅੱਗੇ ਜੀ ਸਾਡੇ ਕਮਾਤ ਅਤੇ ਸਾਡੇ ਅਵਨੀਤ ਭਰਾ ਹੋਣਾ ਜੀ ਦਾ ਸਟਾਈਲ ਦੇਖੋ ਤੁਸੀਂ ਕਿੱਦਾਂ ਕੈਮਰਾ ਲੈ ਕੇ ਜਾ ਰਹੇ ਨੇ ਕਿੰਨੇ ਸੋਹਣੇ ਲੱਗ ਰਹੇ ਨੇ ਅਤੇ ਬਾਕੀ ਭਾਈ ਸਾਹਿਬ ਜੀ ਮੇਰੇ ਖਿਆਲ ਨਾਲ ਅਵਨੀਤ ਇੱਥੇ ਕੀ ਲੱਗਾ ਹੋਊਗਾ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਹੈ ਜੀ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਮੈਂਟ ਦੇ ਵਿੱਚ ਜ਼ਰੂਰ ਕਮੈਂਟ ਕਰਿਓ ਕਿ ਇੱਥੇ ਕੀ ਸੀ ਅਤੇ ਕੀ ਹੋਊਗਾ ਅਤੇ ਅੱਗੇ ਫਿਊਚਰ ਦੇ ਵਿੱਚ ਕੀ ਪਲੈਨਿੰਗ ਹੋਊਗੀ ਜੀ ਅਤੇ ਦੋਸਤੋ ਇਹ ਆ ਪਿੰਡ ਓਡਰਾ ਇਹ ਪਿੰਡ ਦਸੂਏ ਦੇ ਨਾਲ ਆ ਜੀ ਹੈ ਨਾ ਦਸੂਏ ਹੁਸ਼ਿਆਰਪੁਰ ਦੇ ਵਿੱਚ ਹੀ ਪੈਂਦਾ ਆ ਅਤੇ ਬਹੁਤ ਹੀ ਸੋਹਣਾ ਇਹ ਪਿੰਡ ਆ ਅਤੇ ਮੇਰੀ ਭੂਆ ਦਾ ਪਿੰਡ ਆ ਅਤੇ ਇੱਥੇ ਆਪਾਂ ਅੱਜ ਇਹਨਾਂ ਨੂੰ ਮਿਲਣ ਆਏ ਹਾਂ ਕਿਉਂਕਿ ਮੇਰੇ ਮੰਮੀ ਨੇ 4 ਤਰੀਕ ਨੂੰ ਬਾਹਰ ਨੂੰ ਚੱਲ ਜਾਣਾ ਆ ਯੂ ਐੱਸ ਏ ਅਤੇ ਇਸ ਕਰਕੇ ਉਹਨਾਂ ਨੂੰ ਬਾਏ ਬਾਏ ਕਹਿਣ ਆਏ ਆ
ਜੀ ਤੇ ਆਪਾਂ ਤੁਹਾਨੂੰ ਇਸ ਕਰਕੇ ਪਿੰਡ ਦੇ ਅੱਜ ਦਰਸ਼ਨ ਕਰਾ ਰਹੇ ਆ ਤੇ ਪਿੰਡ ਦਾ ਵਲੌਗ ਇਸ ਕਰਕੇ ਤੁਹਾਡੇ ਲੈ ਕੇ ਆਏ ਆ ਤੇ ਬਾਕੀ ਜਿੱਥੇ ਦੀ ਗੱਲ ਹੈ ਮੇਰੀ ਆ ਜੀ ਛੋਟੀਆਂ ਸੜਕਾਂ ਨੇ 4 ਇੰਚ ਦੀਆਂ ਸੜਕਾਂ ਨੇ ਜੀ ਇੱਥੇ ਬੰਦਾ ਟਰੱਕ ਲਗਾ ਦਿੰਦਾ ਆ ਜੀ 10 ਟਰੱਕ ਨਿਕਲ ਸਕਦੇ ਸੜਕਾਂ ਤੋਂ ਹਨਾ ਮਜ਼ਾਕ ਨਹੀਂ ਹੈ ਜੀ ਚੈਲੰਜ ਹੈ ਬਾਕੀ ਜੀ ਤੁਹਾਨੂੰ ਆਪਾਂ ਭਈਆ ਜੀ ਨਾਲ ਮਿਲਾਉਂਦੇ ਹਾਂ ਭਈਆ ਜੀ ਸਾਡੇ ਇੱਥੇ ਆਪਣੇ ਕਮਾਦ ਦੇ ਵਿੱਚ ਕਿਤੇ ਲੁਕੇ ਹੋਣੇ ਉਹ ਭਈਆ ਜੀ ਉੱਥੇ ਨੇ ਮੈਂ ਸ਼ਾਇਦ ਜੂ ਮਾਰਦਾ ਹਾਂ ਜੇ ਮਿਲ ਸਕਦੇ ਤੁਹਾਨੂੰ ਭਈਆ ਜੀ ਕੈਸੇ ਹੋ ਭਈਆ ਨਹੀਂ ਉਹ ਆ ਮੇਰਾ ਭਾਈ ਅੱਛੇ ਹੈ ਹਾਂ ਕੰਮ ਕਰ ਰਹੇ ਹੋ ਹਾਂ ਮਿਲਦਾ ਹੈ ਇਹ ਸਾਡੇ ਭਈਆ ਜੀ ਨੇ ਇਹ ਬਹੁਤ ਜ਼ਿਆਦਾ ਯੂਪੀ ਤੋਂ ਆ ਕੇ ਬੜੀ ਤਰੱਕੀ ਕਰ ਰਹੇ ਨੇ ਪੰਜਾਬ ਦੇ ਵਿੱਚ ਅਤੇ ਅਸੀਂ ਇਹਨਾਂ ਨੂੰ ਬਹੁਤ ਪਿਆਰ ਦਿੰਦੇ ਹਾਂ ਅਤੇ ਹੁਣ ਆਪਾਂ ਥੋੜ੍ਹਾ ਜਿਹਾ ਬਲੌਗ ਅੱਗੇ ਲੈ ਕੇ ਜਾਂਦੇ ਹਾਂ ਅਤੇ ਤੁਹਾਨੂੰ ਕੁਛ ਚੀਜ਼ਾਂ ਦਿਖਾਉਂਦੇ ਹਾਂ ਜੋ ਪਾਣੀ ਲੱਗਾ ਜੀ ਆਹ ਦਾ ਆਹ ਖੇਤਾਂ ਨੂੰ ਪਾਣੀ ਲੱਗਦਾ ਪਿਆ ਆ ਉਹ ਉੱਥੇ ਕੰਮ ਕਰਦਾ ਮਜ਼ਦੂਰ ਦੇਖੋ ਜੀ ਇਹ ਪਾਣੀ ਹੈ ਇਹ ਬੜਾ ਪਿਓਰ ਪਾਣੀ ਹੈ ਰੋਟੀ ਆ ਚਾਹ ਆ ਚਾਹ ਚ ਡੋਲੂ ਆ ਚਾਹ ਦਾ ਨਾਲ ਉਹਦੀ ਰੋਟੀ ਆ ਰੋਟੀ ਹੈ ਜੀ ਆਹ ਦੇਖੋ ਕਿੰਨਾ ਪਿਓਰ ਪਾਣੀ ਹੈ ਕਿ ਇਹ ਪਾਣੀ ਨੂੰ ਮੈਂ ਹੱਥ ਪਾ ਕੇ ਮੈਂ ਆਪਣਾ ਮੂੰਹ ਧੋ ਸਕਦਾ ਇੰਨਾ ਪਿਓਰ ਪਾਣੀ ਹੈ ਕਿ ਮੈਂ ਪੀ ਵੀ ਸਕਦਾ ਓਏ ਪੀਵੀ ਨਾ ਤੇ ਇਹ ਪਾਣੀ ਡਾਇਰੈਕਟ ਜੀ ਇਹ ਪਾਣੀ ਡਾਇਰੈਕਟ ਡੈਮ ਤੋਂ ਆਉਂਦਾ ਇੱਥੇ ਡੈਮ ਆ ਜੀ ਕੋਲ ਬਹੁਤ ਵੱਡਾ ਡੈਮ ਹੈ ਦੁਨੀਆ ਦਾ ਸਭ ਤੋਂ ਵੱਡਾ ਡੈਮ ਲੱਗਾ ਜੀ ਪੰਜਾਬ ਦੇ ਵਿੱਚ ਤੇ ਉਹ ਡੈਮ ਤੋਂ ਪਾਣੀ ਆ ਰਿਹਾ ਹੈ ਛਾਲ ਮਾਰਦੇ ਪਾਣੀ 'ਚ ਤੇ ਸਾਡੇ ਭਈਆ ਸਾਹਿਬ ਜੀ ਉੱਧਰ ਨੇ ਬਾਈ ਜੀ ਆਓ ਇੱਧਰ ਆਪਕੋ ਦੇ ਕੁਛ ਇੱਧਰ ਆ ਨਾ ਆ ਦੇਖੋ ਜੀ ਹੁਣ ਭਈਆ ਸਾਹਿਬ ਜੀ ਆਉਣਗੇ ਦੇਖੋ ਜੀ ਇਹ ਸਾਡੇ ਇਹਨੂੰ ਟਿਫਨ ਕਹਿੰਦੇ ਨੇ ਇਹ ਸਾਈਕਲ ਹੈ ਜੀ ਇਹ ਬੰਦਾ ਮਜ਼ਦੂਰ ਹੈ ਇਹ ਰੋਟੀ ਪੈਕ ਕਰਕੇ ਖਾਂਦਾ ਜੀ ਠੀਕ ਹੈ ਮਿਹਨਤ ਕਰਦੇ ਨੇ ਸਾਡੇ ਬੰਦੇ ਇੱਕ ਹੀ ਹੈ ਜੀ ਬਾਈ ਜੀ ਕੈਸੇ ਹੋ ਠੀਕ ਹੈ ਹਮਕੋ ਜਫੀ ਪਾਓ ਇਹ ਸਾਡੇ ਭਈਆ ਜੀ ਨੇ ਆਪਕਾ ਨਾਮ ਕਿਆ ਬਾਈ ਜੀ ਕਰਨ ਬਾਈ ਕਾ ਨਾਮ ਹੈ ਕਥੋਂ ਆਇਆ ਬਾਈ ਕਹਾਂ ਸੇ ਹੋ ਕਹਾਂ ਸੇ ਹੋ ਬਿਹਾਰ ਸੇ ਬਾਈ ਇਤਨੀ ਮਿਹਨਤ ਕਰਦੇ ਹੈ ਜੇ ਦੇਖੋ ਕਿਤਨਾ ਇਹਨਾਂ ਨੇ ਵਰਸ਼ਾ ਲਾ ਦੀ ਹੈ ਕਿਤਨਾ ਸੁੰਦਰ ਇਹਨਾਂ ਨੇ ਇਹ ਜੰਗਲ ਬਣਾ ਦਿਆ ਹੈ ਪਾਣੀ ਲਾਇਆ ਬਾਈ ਜੀ ਆਪ ਕਿਆ ਕਹਿਣਾ ਚਾਹੋਗੇ ਕੁਛ ਹਮ ਨਿਊਜ਼ ਰਿਪੋਰਟਰ ਹੈ ਕੁਛ ਕਹੋ ਕਿਆ ਕਹੇਂਗੇ ਹਮ ਕੁਛ ਵੀ ਕਹੋ ਜੋ ਆਪਕਾ ਦਿਲ ਹੈ ਕਹਿਣੇ ਕਾ ਕੈਸਾ ਲੱਗ ਰਿਹਾ ਹੈ ਕੈਸਾ ਲੱਗ ਰਿਹਾ ਹੈ ਜ਼ਿੰਦਗੀ ਕੈਸੀ ਹੈ ਪੰਜਾਬੀ ਕੈਸੇ ਹੈ ਆਪਕੋ ਲੱਗਦੇ ਠੀਕ ਹੈ ਪੰਜਾਬੀ ਅੱਛੇ ਹੈ ਠੀਕ ਹੈ ਕੈਸਾ ਲੱਗ ਰਿਹਾ ਹੈ ਹਮਸੇ ਮਿਲ ਕੇ ਸਭ ਠੀਕ ਹੈ ਭਈਆ ਬਹੁਤ ਬੜੀਆ ਬਹੁਤ ਬੜੀਆ ਬਹੁਤ ਬੜੀਆ ਹੈ ਨਾ ਕੰਮ ਅੱਛਾ ਚੱਲ ਰਿਹਾ ਹੈ ਹਾਂਜੀ ਹਾਂ ਕੋਈ 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 ਆਪਕੋ ਪਰੇਸ਼ਾਨ ਨਹੀਂ ਹੈ ਦੇਖੋ ਜੀ ਸਾਡੇ ਪੰਜਾਬੀ ਲੋਕ ਕਿੱਦਾਂ ਕਿੰਨੇ ਪਿਆਰ ਨਾਲ ਇਹਨਾਂ ਨੂੰ ਕਿੱਦਾਂ ਟ੍ਰੀਟ ਕਰਦੇ ਨੇ ਲੋਕਾਂ ਨੇ ਬਹੁਤ ਗਲਤ ਅਫਵਾਹਾਂ ਫੜਾਈਆਂ ਨੇ ਕਿ ਪੰਜਾਬੀ ਵੀਰੇ ਸਾਡੇ ਭਾਈਚਾਰੇ ਯੂਪੀ ਤੋਂ ਆਏ ਭਈਆਂ ਨੂੰ ਬਹੁਤ ਗਲਤ ਟ੍ਰੀਟ ਕਰਦੇ ਨੇ ਇਹ ਸਾਡੇ ਵੱਡੇ ਸਾਹਿਬ ਨੇ ਬਾਈ ਸਾਹਿਬ ਹਾਂਜੀ ਆਪ ਬਹੁਤ ਅੱਛੇ ਹੈ ਠੀਕ ਆਪ ਜੋ ਲੋਕ ਦੇਖ ਰਹੇ ਹੈ ਜੇ ਕਮ ਸੇ ਕਮ ਕਰੋੜੋਂ ਲੋਕ ਦੇਖ ਰਹੇ ਹੈ ਆਪ ਉਨਕੋ ਸਤਿ ਸ਼੍ਰੀ ਅਕਾਲ ਕਹਿ ਦੇ ਸਤਿ ਸ਼੍ਰੀ ਅਕਾਲ ਭਾਜੀ ਹਾਂ ਐਸੇ ਕਹਿ ਕੇ ਬਹੁਤ ਵਧੀਆ ਹੈ ਇਹ ਵੀਰੇ ਦਾ ਨਾਮ ਕਰਨ ਆ ਤੇ ਪਰਦੇਸੀ ਵੀਰ ਆ ਸਾਡਾ ਪਰਦੇਸੀ ਵੀਰ ਆ ਸਾਡਾ ਇਹ ਓੜੇ ਇੱਕ ਗੱਲ ਹੈ ਖੇਤਾਂ 'ਚ ਕੰਮ ਕਰ ਰਿਹਾ ਕਿ ਸਾਡੇ ਪਰਦੇਸੀ ਵੀਰਾਂ ਦੀ ਹਮੇਸ਼ਾ ਰਿਸਪੈਕਟ ਕਰੋ ਹਮੇਸ਼ਾ ਇੱਜ਼ਤ ਕਰੋ ਬਾਈ ਕੀ ਬਾਤ ਸੁਣੋ ਸੁਧ ਵਿਹਾਰ ਕਾਹੂ ਸਹਰਸਾ ਜ਼ਿਲ੍ਹਾ ਔਰ ਸਹਰਸਾ ਜ਼ਿਲ੍ਹਾ ਹਾਂਜੀ ਜੀ ਤਾਂ ਆਪਾਂ ਤੁਹਾਡੀ ਬਹੁਤ ਇੱਜ਼ਤ ਕਰਦੇ ਹਾਂ
ਤੁਸੀਂ ਐ ਇੰਨੀ ਮਿਹਨਤ ਕਰਦੇ ਆ ਸਾਡੇ ਖੇਤਾਂ ਜਾ ਕੇ, ਸਾਨੂੰ ਬਹੁਤ ਚੰਗਾ ਲੱਗਦਾ ਜੀ। ਇਨਸ਼ਾਅੱਲਾ ਰੱਬ ਤੁਹਾਨੂੰ ਬਹੁਤ ਬਰਕਤ ਦੇਵੇ। ਇੱਕ ਜੱਫੀ ਪਾਉਂਦੇ ਆਪਾਂ ਜਾਣ ਲੱਗੇ ਆ, ਮਜ਼ਾ ਆ ਗਿਆ ਵਧੀਆ। ਖੇਤਾਂ 'ਚ ਹੁਣ ਕੰਮ ਕਰਨ ਲਾ ਜੋ ਜੀ। ਚਲੋ ਜੀ, ਚੰਗਾ ਮੇਰਾ ਵੀ ਠੀਕ। ਓਕੇ ਬਾਏ ਬਾਏ, ਖਿਆਲ ਆ। ਚਿੜੀ ਬੈਠੀ ਆ ਉਹਦਾ ਕੌਣ ਸੀ?